ਗੱਲ ਸੀ ਹਾਂਜੀ ਮੈਂ ਲਈਏ ਤਾਂ ਭਾਈ ਸਾਹਿਬ ਮਿਲੇ ਨੇ ਥਾ ਚੋਲਿਸਤਾਨ ਅਤੇ ਮੈਨੂੰ ਅੱਛਾ ਲੱਗਾ ਭਾਈ ਉਹਨਾਂ ਤੋਂ ਮਿਲ ਕੇ ਅਤੇ ਭਾਈ ਉਹਦੀ ਵੀਡੀਓ ਤੁਸੀਂ ਡਿਊਟੀ ਕਰੋ ਸਪੋਰਟ ਕਿੱਦਾਂ ਕਰੋ ਅਤੇ ਆਪਣੇ ਜਿਤਨੇ ਵੀ ਇਲਾਕੇ ਦੇ ਯੂਟਿਊਬਰ ਨਵੇਂ ਉਹਨਾਂ ਕੋਲ ਆਦਮੀ ਸਪੋਰਟ ਕੀਤਾ ਕਰੋ ਪ੍ਰਮੋਟ ਕੀਤਾ ਕਰੋ ਅਸਲਾਮ ਅਲੈਕੁਮ ਜੀ ਮੈਂ ਮਹਾਰਾਜ ਸਾਹਿਬ ਪ੍ਰਤਾਪ ਵਿਲੇਜ ਬਲੋਕ ਸਿਕਨਾਥ ਯੂਟਿਊਬ ਦੁਨੀਆ ਕੈਸੀ ਹੈ ਅੱਲਾ ਪਾਕ ਤਮਾਮ ਦੋਸਤੋ ਖੁਸ਼ ਰੱਖੇ ਇਹ ਹਮਾਰੇ ਭਾਈ ਹੈ ਲਈਆ ਸੇ ਜੀ ਅਬ ਦੁਬਾਰਾ ਆਪ ਦਰ ਹਾਂਜੀ ਸਹੀ ਅਸਾਂ ਲਈਏ ਚੋਇਬ ਦੇ ਮੈਂ ਕਾਫੀ ਅਰਸੇ ਤੋਂ ਸਰਾਇਕੀ ਵਲੋਗ ਬਣੇ ਦੇ ਹਾਂਜੀ ਮੈਂ ਸਰਾਇਕੀ ਜੀ ਬਣੇ ਦਾ ਅੱਛਾ ਅੱਛਾ ਤੇ ਲਈਏ ਤੇ ਮੈਂ ਤੇਰੇ 500 ਵੀਡੀਓ ਬਣਾ ਚੁੱਕਾ ਡਰੋਨ ਵਗੈਰਾ ਵੀ ਨਾਲ ਵੀਡੀਓ ਹੁੰਦੀਆਂ ਲਈਏ ਤੇ ਵਾਸਤੇ ਵਾਲਾ ਖਿਜ਼ਰ ਉਮਰ ਸਾਡਾ ਬਹੁਤ ਅੱਛਾ ਦੋਸਤ ਹੈ ਆ ਜਾਵਣੇ ਬਲਾ ਹੋਣੇ ਆ ਜਾਵਣੇ ਨਹੀਂ ਖਿਜ਼ਰ ਹੋਣੀ ਸ਼ਾਇਦ ਨਾ ਮੈਂ ਤੇ ਸੁਣੇ ਇਥੇ ਦੱਸੇ ਤੇ ਮੈਂ ਆਵਣੇ ਨੇ ਨਹੀਂ ਨਹੀਂ ਉਹਨਾਂ ਨਾਲ ਅਗਰ ਹੋਵੇ ਤਾਂ ਮੈਂ ਕੋ ਦੱਸਾਂ ਨਾ ਅੱਛਾ ਅੱਛਾ ਬਾਕੀ ਲਈਏ ਤੇ ਬਾਈ ਵੀ ਕਾਫੀ ਵੇਲਾ ਮੁੰਡਾ ਸ਼ਹਿਜ਼ਾਦ ਉਹ ਸਰਾਮ ਸਾਹਿਬ ਆ ਟੀਮ ਸ਼ਾਹਜ਼ੇਬ ਹੈ ਪੇ ਤੇ ਹਸਨੀ ਮਲਿਕ ਨਿਜ਼ਾਮ ਲਈਆ ਇਹ ਉਹ ਯੂਟਿਊਬਰ ਹਨ ਜਿਨ੍ਹਾਂ ਦੇ ਮਿਲੀਅਨ ਵਿੱਚ ਵਿਊਜ਼ ਹਨ ਪਏ ਤੇ ਸਾਰੇ ਲਈਏ ਦੇ ਹਨ ਪਏ ਤੇ ਤੁਸੀਂ ਇਹ ਫੀਲਡ 'ਚ ਆਉਣਾ ਚਾਹੁੰਦੇ ਹੋ ਤਾਂ ਆਪਣੇ ਮਿਹਨਤ ਕਰੋ ਆਪਣੀ ਸਟਰਗਲ ਤੇ ਯਕੀਨ ਰੱਖੋ ਇਨਸ਼ਾਅੱਲਾ ਤੁਸੀਂ ਜ਼ਰੂਰ ਕਾਮਯਾਬ ਇਹ ਇਲਾਕਾ ਤੋਂ ਕਿਵੇਂ ਲੱਗੇ ਸਾਡਾ ਇਹ ਇਲਾਕਾ ਸੀ ਬੜਾ ਇਹਦੇ ਵਿੱਚ ਹਾਲੀ ਵੀ ਨਾ ਪੁਰਾਣੇ ਰਸਮ ਰਿਵਾਜ ਮੌਜੂਦ ਹਨ ਜੀ 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 ਜਿਹੜਾ ਸਾਰੇ ਪਾਸੇ ਉਹ ਥੋੜਾ ਮਾਡਰਨ ਥੀ ਚੁੱਕੇ ਤੇ ਉਹ ਪਿਆਰ ਮੁਹੱਬਤ ਉਹ ਜਿਹਦਾ ਐਸਾ ਖਤਮ ਥੀ ਨੇ ਮੋਬਾਈਲ ਵਾਲੀ ਦੁਨੀਆ ਆ ਗਈ ਜੀ ਜੀ ਇੱਥੇ ਨੈਟ ਬੰਦ ਹੈ ਇੱਥੇ ਨੈਟ ਕਾ ਨਹੀਂ ਇੱਕ ਬੈਤ ਨਾਲ ਬਾਹਵਣ ਦਾ ਟਾਈਮ ਮਿਲ ਵੰਦੇ ਗੱਪਸ਼ਪ ਦਾ ਟਾਈਮ ਮਿਲ ਵੰਦੇ ਤੇ ਹਾਲੀ ਵੀ ਤਾਂ ਕੁਝ ਪਿਆਰ ਮੁਹੱਬਤ ਇਕੱਠੇ ਬਾਹਵਣ ਦਾ ਟਾਈਮ ਹੈ ਪਿਆ ਜਿਹੜੀ ਕਿ ਅੱਛੀ ਗੱਲ ਹੈ ਸਹੀ ਗੱਲ ਅੱਛੀ ਗੱਲ ਹੈ ਸਰ ਬਿਲਕੁਲ ਸਹੀ ਇਹ ਤੋਂ ਇਲਾਵਾ ਸਰ ਕੋਈ ਸਰ ਬਈਓ ਕਿ ਤੁਹਾਡੇ ਵਾਸਤੇ ਨੇ ਖਸ਼ਾਤ ਹਨ ਸਾਕ ਮਿਲ ਕੇ ਬਹੁਤ ਅੱਛਾ ਲੱਗਾ ਕਿ ਇਨਸ਼ਾਅੱਲਾ ਜਗੜੇ ਲਈ ਚੱਕਰ ਨਾ ਸੋ ਤੁਹਾਡੇ ਇਨਸ਼ਾਅੱਲਾ ਸਭ ਉੱਥੇ ਨਾ ਸਿੰਦਰ ਮੁਹੰਮਦ ਜ਼ੁਬੈਰ ਹੈ ਸਰ ਉਹਨਾਂ ਦੇ ਭਾਈ ਵੀ ਐਮਪੀ ਲੜਦੇ ਮੁਹੰਮਦ ਤੁਫੈਰ ਜੇ ਲੋਹਾਂ ਚ ਉਹਨਾਂ ਦਾ ਦੋਸਤ ਇਹ ਮੁਹੰਮਦ ਜ਼ੁਬੈਰ ਨੇ ਮੇਰੇ ਭਾਈ ਦੀ ਬਿਲਕੁਲ ਅੱਛੇ ਤਰੀਕੇ ਨਾਲ ਸਭ ਨੂੰ ਜਾਣਦੇ ਬੜੇ ਉਹਨਾਂ ਦਾ ਅੱਛਾ ਨਾਂ ਹੈ ਪਹਿਲਈਆ ਦੇ ਵਿੱਚ ਮੇਰੇ ਭਾਈ ਇਹ ਮਾਰਿਕ ਵਾਲ ਉਹਨਾਂ ਦੀ ਯਾਰੀ ਦੋਸਤੀ ਉਹ ਬੇਦਰ ਹੈ ਉਹਨਾਂ ਦੇ ਸਾਡੇ ਸਾਰਿਆਂ ਬਰਾਦਰ ਨਾਲ ਤਾਲੁਕ ਹੈ ਸਾਡਾ ਮਾਸ਼ਾਅੱਲਾ ਅਬ ਰਹਿੰਦੇ ਆਂਦੇ ਰਹਿਣ ਉਹਨਾਂ ਦੇ ਦੋਸਤੋ ਇਹ ਹਮਾਰੇ ਦੋਸਤਾਂ ਸੇ ਦੋਸਤ ਹੈ ਵਲੋਗਰ ਹੈ ਲਈਏ ਸੇ ਇਨਕੇ ਸਾਥ ਹਮ ਵੀਡੀਓ ਬਣਾ ਰਹੇ ਥੇ ਮੈਨੇ ਕਹਾ ਜੀ ਆਪ ਦੋਸਤੋ ਸੇ ਵੀ ਸ਼ੇਅਰ ਕਰੇ ਆਪਣੇ ਕਲਚਰ ਵੋ ਬਤਾ ਰਹੇ ਥੇ ਯਹਾਂ ਕਾ ਚੋਲਿਸਤਾਨ ਕਾ ਯਹਾਂ ਪੇ ਇੰਟਰਨੈਟ ਕੀ ਸਰਵਿਸ ਮੁੰਤਕਾ ਹੈ ਯਾਨੀ ਕਿ ਹੋਤੀ ਵੀ ਨਹੀਂ ਹੈ ਸਰਵਿਸ ਆਪ ਬਗੈਰ ਸਰਵਿਸ ਕੇ ਯਹਾਂ ਦੇਖ ਸਕਤੇ ਹੈ ਔਰ ਹਮ ਲਗੇ ਹੈ ਵਲੋਗਰ ਬਣਾਨੇ ਤੋ ਮਿਹਨਤ ਕਰ ਰਹੇ ਹੈ ਜੀ ਆਪ ਦੋਸਤ ਆਏਗੇ ਤਾਂ ਇਨਸ਼ਾਅੱਲਾ ਆਪ ਰੋਹਿਤ ਚੋਲਿਸਤਾਨ ਵਹੀਂ ਬੈਠੇ ਬੈਠੇ ਦੇਖੇਂਗੇ ਰੋਹਿਤ ਚੋਲਿਸਤਾਨ ਔਰ ਯੇ ਲਈਏ ਕਿ ਦੋਸਤ ਯੂਟਿਊਬਰ ਹੈ ਆਪਣੇ ਸੁਣ ਲਿਆ ਹੋਗਾ ਕਿ ਟਰੈਕਟਰ ਵਾਲੇ ਜਿਹੜੇ ਕਰ ਰਹੇ ਸਾਹਿਬ ਉਹ ਦਿਖਾਤੇ ਆਪਕੋ
कितना दे दोस्तों, देखते रहे यहाँ पे मना दे। बड़े मनाज़र मिलेंगे यहाँ पे देखने को, हर चीज़ यहाँ पे मुहैया है। देख रहे हैं जी चोलिस्तान रोहित आबाद हुआ है, यहाँ पे गाड़ियाँ की सीटें हैं, हर साइड पे गाड़ी है जी, गाड़ियाँ इस साइड पे, उस साइड पे। दोस्तों आपने यहाँ पे आना है और हमें भी बताना है कि कैसा लगता है ये रोहित चोलिस्तान आपको, अगर आपके पास फुर्सत लम्हात है यहाँ है। इंटरनेट की सर्विस यहाँ पर बिल्कुल नहीं है, सुकून से ज़िंदगी है लोगों की। यहाँ पे एक दूसरे के साथ लोग बैठते हैं, गपशप लगाते हैं, और ये नेट वाला सिस्टम यहाँ पे नहीं है क्योंकि मोबाइल यूज कर यहाँ पे होता ही नहीं है। हर बंदा ये ब्लॉग बना के बस अपने पास रखता है। और ये देखे गाड़ी की स्पीड है, दोस्तों ये देख लेंगे कैसे मना दे रहे हैं यहाँ के रोहित चोलिस्तान के। हमें कमेंट में आपने बताया करें कि आपको व्लॉग कैसे लगते हैं, ताकि हम मज़ीद अच्छा से अच्छा व्लॉग आप दोस्तों को ला सकेंगे, क्योंकि ये हमारी सकाफत है। दोस्तों मेरे चैनल को लाइक करें, शेयर कर दें अपने दोस्तों के साथ, मिलने जुलने वाले के साथ, और जिन दोस्तों ने मेरे लिए न्यू हो तो मेरे चैनल को भी सब्सक्राइब करें और ऑल पे बेल प्रेस कर दें, ताकि आने वाला जो व्लॉग हो तो आप दोस्तों को मिलता रहे। दोस्तों ज़्यादा चाहते हैं, अल्लाह हाफिज़।